ਕਿਉਂ ਭਾਈ ਜੀ ਕੀ ਗੱਲਬਾਤ ਹੋਈ? ਟ੍ਰਾਇਲ ਲਈ ਤੁਸੀਂ ਤਿਆਰ ਹੋ? ਜਮਾ ਆਪਾਂ ਤਾਂ ਪਹਿਲਾਂ ਕਹੀ ਬੈਠੇ ਆ ਵੀ ਟ੍ਰਾਇਲ ਦੇਣਾ, ਇੱਕ ਦਿਨ ਰੱਖਣਾ ਆਪਾਂ, ਇੱਕ ਦਿਨ ਇਹ ਦਿਨ ਰੱਖਣਾ ਵੀ ਸਾਰੇ ਬਹੁਤ ਜਣੇ ਨੇ ਆਉਣਾ ਉਦਣ, ਠੀਕ ਹੈ, ਚੈਨਲਾਂ ਵਾਲੇ ਵੀ ਬਾਈ ਆਉਣਗੇ ਤੇ ਠੀਕ ਹੈ, ਵੀ ਬਾਈ ਆਉਣ, ਇੱਥੇ ਜਗ੍ਹਾ ਥੋੜ੍ਹੀ ਨਹੀਂ, ਜਗ੍ਹਾ ਵੱਡੀ ਕੀਤੀ ਆਪਾਂ, ਠੀਕ ਹੈ, ਹਾਂ ਜਗ੍ਹਾ ਵਧਾਈ ਹੈ ਇੱਥੇ, ਇਹ ਮਗਰਾੜ ਇਹ ਦੋ ਦੋ ਚਾਰ ਇੰਚ ਖੁੱਲ੍ਹਾ ਕਰਦਾ ਟਰੈਕਟਰ ਇਹ। ਅੱਛਾ, ਚਾਰ ਇੰਚ? ਹਾਂ ਚਾਰ ਇੰਚ ਖੁੱਲ੍ਹਾ ਕਰਦਾ ਟਰੈਕਟਰ, ਕਰਾ ਟਰੈਕਟਰ ਦਾ ਮੁੜਗਾੜ ਆ ਇਹ, ਠੀਕ ਹੈ, ਤਿਆਰ ਹੋਈ ਜਾਂਦਾ ਇਹ, ਠੀਕ ਹੈ, ਅਤੇ ਇਹ ਦੇਖੋ ਬਈ ਜਮੀ ਕੋਈ ਐਂ ਨਹੀਂ ਹੈਗਾ ਕੋਈ ਫਰਕ ਸ਼ਰਕ, ਹੈ ਨਾ ਦੋਸਤੋ ਬਈ, ਇਹ ਉਹੀ 6911 ਫੋਰ ਵੀਲ ਟਰੈਕਟਰ ਹੈ ਜਿਹੜਾ ਮਾਘੀ ਦੇ ਮੇਲੇ 'ਤੇ ਮਸ਼ਹੂਰ ਹੋ ਕੇ ਹਟਿਆ। 14 ਜਨਵਰੀ ਨੂੰ ਇਹ ਟਰੈਕਟਰ ਨੂੰ ਇੰਨੀ ਭੀੜ ਦੇਖਣ ਨੂੰ ਸੀਗੀ ਵੀ ਛੱਡ ਗੱਲਾਂ ਦਿਓ, ਠੀਕ ਹੈ, ਅਤੇ ਬਹੁਤ ਵੀਰ ਜਿਹੜੇ ਵੀਡੀਓ ਦੇਖੀ ਜਾਂਦੇ ਨੇ ਅਤੇ ਉਹ ਵੀ ਪਛਾਣ ਗਏ ਹੋਣਗੇ ਇਸ ਟਰੈਕਟਰ ਨੂੰ, ਠੀਕ ਹੈ, ਇਹ ਟਰੈਕਟਰ ਪਹਿਲਾਂ 2 ਵੀਲ ਸੀ, ਇਹਨੂੰ ਬਾਅਦ 'ਚ 4 ਵੀਲ ਕੀਤਾ, ਇੱਕ ਕੱਪੇ ਦੀ ਪਹਿਲਾਂ ਵੀਡੀਓ ਪਾਈ ਸੀ ਮੋਡੀਫਿਕੇਸ਼ਨ ਤੋਂ ਪਹਿਲਾਂ ਵਾਲੀ, ਅਤੇ ਹੁਣ ਆਪਾਂ ਬਾਈ ਤੋਂ ਇਹ ਨੌਲੇਜ ਲੈਂਦੇ ਹਾਂ ਕਿਵੇਂ ਕਿਵੇਂ ਮੋਡੀਫਿਕੇਸ਼ਨ ਕੀਤੀ ਹੈ, ਠੀਕ ਹੈ, ਕੀ ਗੱਲਬਾਤ ਹੈਗੀ ਆ ਬਾਈ? ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹੋਰ ਬਾਈ ਠੀਕ ਠਾਕ ਹੋ? ਵਧੀਆ ਵਧੀਆ। ਨਾਮ ਕੀ ਹੈ ਬਾਈ ਤੁਹਾਡਾ? ਨਾਮ ਤਾਂ ਸੁਖਚੈਨ ਸਿੰਘ। ਨਾਮ ਸੁਖਚੈਨ ਸਿੰਘ, ਠੀਕ ਹੈ ਜੀ। ਆਪਣੀ ਵਰਕਸ਼ਾਪ ਹੈ ਰੂਪ ਐਗਰੋ, ਭਾਈ ਰੂਪਾ, ਠੀਕ ਹੈ, ਰੂਪ ਐਗਰੋ ਭਾਈ ਰੂਪਾ, ਜ਼ਿਲ੍ਹਾ ਬਠਿੰਡਾ, ਇੰਡੀਆ ਵਾਲਾ ਪੰਜਾਬ ਆ ਬਾਈ ਇਹ, ਪਾਕਿਸਤਾਨ ਵਾਲਾ ਪੰਜਾਬ ਨਾ ਸਮਝੋ, ਠੀਕ ਹੈ, ਇੰਡੀਆ ਵਾਲੇ ਪੰਜਾਬ 'ਚ ਖੜੇ ਹਾਂ ਆਪਾਂ, ਜ਼ਿਲ੍ਹਾ ਬਠਿੰਡਾ ਅਤੇ ਪਿੰਡ ਭਾਈ ਰੂਪਾ, ਠੀਕ ਹੈ, ਅਤੇ ਇੱਕ ਮੇਨ ਫੋਕਸ ਬਾਈ ਨੇ ਮੈਨੂੰ ਪਤਾ ਕੀ ਦੱਸਿਆ, ਤੁਹਾਡੇ ਲਈ ਖੁਸ਼ਖਬਰੀ ਹੈ, ਠੀਕ ਹੈ, ਤੁਹਾਡਾ ਹੀ ਫਾਇਦਾ ਬਹੁਤ ਜ਼ਿਆਦਾ, ਅਤੇ ਇਹਦੇ ਆਪਾਂ ਫੋਕਸ ਅੱਜ ਦਾ ਵੀਡੀਓ ਦਾ ਰੱਖਣਾ ਵੀ ਇਹਦਾ ਟ੍ਰਾਇਲ ਦੇਣਾ ਆਪਾਂ ਤੁਹਾਨੂੰ ਸਾਰਿਆਂ ਨੂੰ, ਠੀਕ ਹੈ, ਇੱਕ ਦਿਨ ਆਪਾਂ ਰੱਖਣਾ ਇਹਦੇ 'ਤੇ ਅਤੇ ਸਾਰੇ ਵੀਰ ਇਕੱਠੇ ਹੋਣਗੇ ਅਤੇ ਇਹਦਾ ਟ੍ਰਾਇਲ ਲੈ ਸਕਦੇ ਹਾਂ। ਇਹ ਬਾਈ ਨੇ ਦੱਸਣਾ ਕਿਹੜੀ ਡੇਟ ਹੈ, ਕਿੰਨੀ ਤਰੀਕ ਹੈ, ਕੀ ਗੱਲਬਾਤ ਹੈ, ਠੀਕ ਹੈ, ਇਹਦੀ ਆਪਾਂ ਟ੍ਰਾਇਲ ਲੈ ਸਕਦੇ ਹਾਂ, ਅਤੇ ਬਾਕੀ ਤੁਸੀਂ ਇਹ ਵੀ ਦੱਸੋ ਵੀ ਇਹਦੇ ਟ੍ਰਾਇਲ ਲੈਣਾ ਚਾਹੀਦਾ ਜਾਂ ਨਹੀਂ ਲੈਣਾ ਚਾਹੀਦਾ, ਠੀਕ ਹੈ, ਕਮੈਂਟ ਕਰਕੇ ਦੱਸ ਸਕਦੇ ਹੋ। ਕਿਉਂ ਬਾਈ ਜੀ ਕੀ ਗੱਲਬਾਤ ਹੋਈ? ਟ੍ਰਾਇਲ ਲਈ ਤੁਸੀਂ ਤਿਆਰ ਹੋ? ਜਮਾ ਆਪਾਂ ਤਾਂ ਪਹਿਲਾਂ ਕਹੀ ਬੈਠੇ ਹਾਂ ਵੀ ਟ੍ਰਾਇਲ ਦੇਣਾ, ਇੱਕ ਦਿਨ ਰੱਖਣਾ ਆਪਾਂ, ਇੱਕ ਦਿਨ ਇਹ ਦਿਨ ਰੱਖਣਾ ਵੀ ਸਾਰੇ ਬਹੁਤ ਜਣੇ ਨੇ ਆਉਣਾ ਉਦਣ, ਠੀਕ ਹੈ, ਚੈਨਲਾਂ ਵਾਲੇ ਵੀ ਬਾਈ ਆਉਣਗੇ ਤੇ ਤੂੰ ਵੀ ਬਾਈ ਆਉਣਗੇ ਦੂਜੇ, ਕਹਿੰਦੇ ਵੀ ਚਲਾ ਕੇ ਦੇਖਣਾ, ਚਲਾ ਕੇ ਦੇਖਣਾ, ਆ ਕੇ ਦੇਖਣ, ਠੀਕ ਹੈ, ਫੇਰ ਹੀ ਅਗਲੇ ਨੂੰ ਤਸੱਲੀ ਹੁੰਦੀ ਹੈ ਵੀ ਕੰਮ ਫੇਰ ਹੀ ਅਗਲਾ ਕਰਾਉਂਦਾ ਕੰਮ, ਇੰਨੇ ਪੈਸੇ ਬਹੁਤ ਲੱਗ ਜਾਂਦੇ ਨੇ ਤਿਆਰ ਕਰਨ ਤੇ, ਪੈਸੇ ਬਹੁਤ ਲੱਗਦੇ ਹਨ ਸਾਰਾ ਤਿਆਰ ਕਰਨ ਤੇ, ਫਿਰ ਆ ਕੇ ਚਲਾ ਕੇ ਦੇਖਣ, ਕੁਆਲਿਟੀ ਦੇਖਣ ਆਪਣੀ। 2 ਵੀਲ ਤੋਂ 4 ਵੀਲ ਇਹ ਟਰੈਕਟਰ ਜਿਹੜਾ ਕੀਤਾ, ਪਹਿਲਾ ਟਰੈਕਟਰ ਆ ਆਪਣੀ ਵੀਡੀਓ 'ਚ ਚਲਾ ਕੇ ਦਿਖਾਇਆ ਸੀ, ਚਲਾ ਕੇ ਦਿਖਾਇਆ ਸੀਗਾ, ਹੈ ਨਾ, ਅਤੇ ਚਲੋ 2-4 ਗੱਲਾਂ ਜਿਹੜੀਆਂ ਮੇਨ ਮੇਨ ਨੇ ਆਪਾਂ ਦੁਬਾਰੇ ਕਰ ਸਕਦੇ ਹਾਂ ਬਾਈ, ਹੈ ਨਾ, ਲਓ ਜੀ ਇਹਦੀ ਮੋਡੀਫਿਕੇਸ਼ਨ 'ਤੇ ਆ ਜਾਈਏ ਬਾਈ ਆਪਾਂ, ਹੈ ਨਾ, ਹਾਂਜੀ ਆ ਜਾਓ ਜੀ, ਠੀਕ ਹੈ, ਸਭ ਤੋਂ ਪਹਿਲਾਂ ਤਾਂ ਬਾਈ ਆਪਾਂ ਇਹ ਦੱਸ ਦਿਓ ਵੀ ਕਿੰਨੇ ਲੱਖ 'ਚ ਤਿਆਰ ਹੋ ਗਿਆ ਇਹ? ਪੈਸੇ ਤਾਂ ਯਾਰ ਬਹੁਤ ਲੱਗ ਗਏ, ਠੀਕ ਹੈ, ਪੈਸੇ ਤਾਂ ਹੁਣ ਆਪਣਾ ਪਹਿਲਾ ਟਰੈਕਟਰ ਸੀ, ਪਹਿਲਾ ਟਰੈਕਟਰ 'ਤੇ ਤਾਂ ਬਹੁਤ ਜ਼ਿਆਦਾ ਪੈਸੇ ਲੱਗ ਗਏ ਸਮਝ ਲਓ, ਆਪਾਂ ਹੁਣ ਹੌਲੀ ਹੌਲੀ ਤਿਆਰ ਹੁਣ ਤਿਆਰ ਕਰਾਂਗੇ, ਹੁਣ ਥੋੜ੍ਹਾ ਘੱਟ ਖਰਚਾ ਆਊਗਾ, ਪਹਿਲਾਂ ਤਾਂ ਬਹੁਤ ਖਰਚਾ ਆ ਗਿਆ ਇੱਥੇ, ਠੀਕ ਹੈ, ਇਹ 10 ਲੱਖ ਤੋਂ ਪਲੱਸ ਹੋ ਗਿਆ ਖਰਚਾ ਉੱਤੇ, ਠੀਕ ਹੈ, ਹਾਂ ਜੇ 4 ਵੀਲ ਕਰਕੇ ਸਾਰਾ ਤਿਆਰ ਕਰਨ ਤੇ, ਓਕੇ, ਸਾਰੇ ਟਾਇਰ ਟੂਰ ਸਾਰਾ ਐਂ ਡੈਕ ਡੁਕ ਲਾ ਕੇ ਛਤਰੀ ਛਤਰੀ, ਠੀਕ ਹੈ, 10 ਲੱਖ ਪਲੱਸ ਹੋ ਗਿਆ, ਹਾਂ 10 ਲੱਖ ਪਲੱਸ ਹੋ ਗਿਆ, ਠੀਕ ਹੈ, ਇੰਜਨ ਵੀ ਹੋਇ ਨਵਾਂ ਹੋਇਆ, ਠੀਕ ਹੈ, ਹਾਂ 105 ਬੋਰ ਚ, ਓਕੇ, ਹਾਂ 18 ਸਟੋਕ ਰੈਂਕ ਪਈ ਹੈ ਚ, ਲੁੱਕ ਦਾ ਕਲੱਚ ਲੱਗਿਆ ਵੇ, ਲੁੱਕ ਦਾ ਕਲੱਚ ਆ, ਹਾਂਜੀ ਹਾਂਜੀ, ਠੀਕ ਹੈ, ਤੇ ਟ੍ਰਾਇਲ ਤੋਂ ਬਾਅਦ ਇਹ ਸੇਲ ਲਈ ਤਿਆਰ ਆ ਜਾਂ ਨਹੀਂ? ਨਹੀਂ ਨਹੀਂ ਸੇਲ ਨਹੀਂ, ਇਹ ਟ੍ਰਾਇਲ ਵਾਸਤੇ ਹੀ ਹੈ, ਇਹ ਗੱਲਾਂ ਸੇਲ ਕਰਨਾ ਹੀ ਨਹੀਂ, ਨਾ ਨਾ, ਹਾਂ ਠੀਕ ਹੈ, ਹਾਂ ਇੱਕ ਕੋਈ ਵੀ ਬੰਦਾ ਜਾਂ ਕੋਈ ਵੀ ਬਾਈ ਆਪਣਾ ਵੀਡੀਓ ਦਿੰਦਾ, ਆਪਾਂ ਇਕੱਲਾ ਸਿਰਫ 911 ਦਾ 4 ਵੀਲ ਦਾ ਕੰਮ ਕਰਦੇ ਆਪਾਂ, ਹੋਰ ਕਿਸੇ ਟਰੈਕਟਰ ਦਾ ਨਹੀਂ ਕਰਦੇ, ਇਕੱਲੇ 911, ਇਕੱਲੇ 911 ਦਾ, ਆਪਾਂ ਐਂ ਨਹੀਂ ਆ ਬਾਈ ਬਹੁਤ ਫੋਨ ਕਰਦੇ ਬਾਈ ਜੌਂਡੀਅਰ ਕਰਨਾ, ਬਾਈ ਸੋਨਾਲੀਕਾ ਕਰਨਾ, ਬਾਈ ਸਵਰਾਜ ਕਰਨਾ, ਉਹ ਨਹੀਂ, ਇਕੱਲਾ ਆਪਾਂ 911 ਦਾ ਹੀ 4 ਵੀਲ ਦਾ ਕੰਮ, ਠੀਕ ਹੈ, ਹਾਂਜੀ,
ਠੀਕ ਹੈ ਵੀ ਹੋਰ ਟਰੈਕਟਰਾਂ ਵਾਲੇ ਵੀਰ ਫੋਨ ਬਈ ਨਾ ਹੀ ਲਾਉਣ ਬਾਈਆਂ ਨੂੰ ਹਨਾ ਕੱਲਾ ਨਾਟ ਗਿਆਰਾਂ ਦੀ ਜਿਹਨੇ ਕੋਈ ਵੀ ਛੋਟੀ ਤੇ ਛੋਟੀ ਤੇ ਵੱਡੀ ਤੋਂ ਵੱਡੀ ਮੋਡੀਫਿਕੇਸ਼ਨ ਕਰਾਉਣੀ ਆ ਕੋਈ ਪਲੇਟਫਾਰਮ ਲਵਾਉਣਾ ਤੇ ਉਹ ਵੀਰ ਨਾਲ ਕੰਟੈਕਟ
80 ਕਿਲੋ ਦਾ ਇਹ ਬੰਪਰ ਥੋੜੀ ਆ ਠੀਕ ਹੈ ਹਾਂ ਤੇ ਉਹ ਤਾਂ ਇਹਦੇ ਮੂਰੇ ਵੇਟ ਲਾਉਣੇ 2.5 ਕੁਇੰਟਲ ਦੇ ਠੀਕ ਹੈ ਹਾਂਜੀ ਲਓ ਜੀ ਬੰਪਰ ਇਹਦੇ ਬਾਈ ਨੇ ਤੁਹਾਨੂੰ ਦੱਸਿਆ ਹੋਰ ਲੱਗਣਾ ਠੀਕ ਹੈ ਤੇ ਇਹਦੇ ਆਪਾਂ ਉੱਪਰ ਬਈ ਚਮਚਮਾਉਂਦਾ ਕਲਰ ਬਈ ਕਹਿੰਦੇ ਹਨਾ ਕਿਹੜੀ ਕੁਆਲਿਟੀ ਹੈਗੀ ਇਹਦੀ ਕਲਰ ਦੀ 2K ਕੋਈ ਹਾਂਜੀ ਠੀਕ ਹੈ ਮੈਟੈਲਿਕ ਆ ਦੂਜਾ ਹੈ ਸ਼ਾਈਨਿੰਗ ਵਾਲਾ ਦੂਸਰਾ ਸ਼ਾਈਨਿੰਗ ਵਾਲਾ ਲੈ ਵੀ ਨੂਰ ਤਾਰੇ ਦਿਖਾ ਦੇ ਹੁਣ ਇਹਦੇ ਤਾਰੇ ਆਉਂਦੇ ਆ ਕਲਰ ਤੇ ਹੈ ਦੇਖੋ ਇੰਨਾ ਕਲਰ ਚਮਕਦਾ ਦੇਖੋ ਤੁਸੀਂ ਮੂੰਹ ਦੇਖ ਲਓ ਚਾਹੀਦਾ ਹਾਂ ਸਭ ਤੋਂ ਜ਼ਿਆਦੇ 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 ਆਪਾਂ ਮੋਡੀਫਿਕੇਸ਼ਨ ਸ਼ੋ 'ਚ ਇਹ ਸਾਰਿਆਂ ਨੂੰ ਵੱਖਰੀ ਕਰੀ ਹੈ ਜਿਹੜੀ ਫੱਟੀ ਲਾਈ ਹੈ ਸਪੈਸ਼ਲ ਸਭ ਤੋਂ ਪਹਿਲਾਂ ਆਪਾਂ ਲਾਈ ਹੈ ਹੁਣ ਇਹ ਠੀਕ ਹੈ ਸਭ ਤੋਂ ਪਹਿਲਾਂ ਇਹ ਲੱਗੀ ਹਾਂ ਹੁਣ ਤਾਂ ਜਿੰਨੇ ਮਰਜ਼ੀ ਲਾਈ ਜਾਣ ਹਾਂ ਲੋਕ ਮੇਰੀ ਕਾਪੀ ਬਹੁਤ ਕਰਦੇ ਆ ਪਰ ਆਪਾਂ ਪਹਿਲਾਂ ਕਰ ਦਿੰਦੇ ਹਾਂ ਉਸ ਤੋਂ ਬਾਅਦ ਕਾਪੀ ਕਰਦੇ ਕਾਪੀਆਂ ਕੋਪੀਆਂ ਵਾਲੇ ਹਟ ਜਾਓ ਪਿੱਛੇ ਹਾਂ 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 ਠੀਕ ਹੈ ਤੇ ਲਓ ਜੀ ਇਹ ਸਟੀਲ ਦੇ ਵਿੱਚ ਬਾਈ ਨੇ ਫੱਟੀ ਲਾ ਕੇ ਤੇ 4x4 ਲਿਖਤਾ ਜੀ HMT 611 ਹਾਂ ਸਟicker ਲਾਉਣ ਦੀ ਖਾਤਰ ਜਮਾ ਹਾਂਜੀ ਠੀਕ ਹੈ ਜੀ ਸ਼ੋਏ ਦੀ ਖੁੱਲਦੀ ਆ ਸਾਰੀ ਖੁੱਲਦੀ ਕੀਤੀ ਆ ਅੱਛਾ ਇੱਥੋਂ ਖੁੱਲਦੀ ਕਰਤੀ ਇਹਨੂੰ ਖਿੱਚ ਕੇ ਖੁੱਲ ਗਿਆ ਨੇ ਉੱਪਰ ਨੂੰ ਹੋ ਗਿਆ ਹਾਂ ਲਓ ਜੀ ਦੋ ਹਾਈਡ੍ਰੋਲਿਕ ਜੈਕ ਲਾਤੇ ਬਾਈ ਨੇ ਹਨਾ ਡਰਾਈ 에ਅਰ ਕਲੀਨਰ ਆ ਗਈ ਇਹਦੇ ਵਿੱਚ ਹਾਂਜੀ ਠੀਕ ਹੈ ਤੇ ਪੇਂਟ ਦੀ ਕੁਆਲਿਟੀ ਤੁਸੀਂ ਇੰਜਨ ਦੀ ਵੀ ਦੇਖ ਸਕਦੇ ਹੋ ਕਿੰਨੀ ਗਹਿਗੀ ਆ ਠੀਕ ਹੈ ਹੋਰ ਬਈ ਕੀ ਕੀ ਚੇਂਜਸ ਕਰਤੇ ਇਹਦੇ ਵਿੱਚ ਚੇਂਜਸ ਤਾਂ ਬਸ ਇੰਜਨ ਵੱਡਾ ਕੀਤਾ ਇਹਦਾ 105 ਬੋਰ ਪਾਇਆ ਇੱਚ ਅੱਛਾ 105 ਬੋਰ ਤੇ 18 ਸਟੋਕ ਇੰਜਨ ਚ ਚੇਂਜ ਕੀਤਾ ਕਲੱਚ ਦਾ ਚੇਂਜ ਕੀਤਾ ਫੋਰ ਵੀਲ ਕੀਤਾ ਤੇ ਸਭ ਤੋਂ ਵੱਡੀ ਗੱਲ ਇਹਦੇ ਇਹਦੇ ਜਗ੍ਹਾ ਨਹੀਂ ਜਗ੍ਹਾ ਥੋੜੀ ਹੁੰਦੀ ਇੱਥੇ ਇੱਥੇ ਜਗ੍ਹਾ ਥੋੜੀ ਹੁੰਦੀ ਜਗ੍ਹਾ ਵੱਡੀ ਕੀਤੀ ਆਪਾਂ ਠੀਕ ਹੈ ਹਾਂ ਜਗ੍ਹਾ ਵਧਾਈ ਹੈ ਇੱਥੇ ਇਹ ਮਗਰਾੜ ਇਹ 2-4 ਇੰਚ ਖੁੱਲਾ ਕਰਦਾ ਲੈਟਰ ਇਹ ਅੱਛਾ 4 ਇੰਚ ਹਾਂ 4 ਇੰਚ ਖੁੱਲਾ ਕਰਦਾ ਠੀਕ ਹੈ ਤੇ ਇੱਕ ਬਈ ਇਹਦੇ ਜਿਹੜੇ ਪਲੇਟਫਾਰਮ ਬੜਾ ਸੋਹਣਾ ਲਾਇਆ ਤੁਸੀਂ ਪਲੇਟਫਾਰਮ ਤਾਂ ਇਹ ਆਪਣੇ ਆ ਹੀ ਲੱਗਦੇ ਆ ਪਹਿਲੇ ਦਿਨੋਂ ਹੀ ਆਪਣੀ ਆਹ ਆਹ ਮਾਡਲ ਆ ਉਸ ਤੋਂ ਬਾਅਦ ਲੋਕ ਕਾਪੀ ਕਰਕੇ ਲਾਉਣ ਲੱਗ ਗਏ ਪਹਿਲਾਂ ਆਪਣਾ ਇਹੀ ਮਾਡਲ ਚੱਲਦਾ ਇਹ ਠੀਕ ਹੈ ਠੀਕ ਹੈ ਜੀ ਲਓ ਜੀ ਪਲੇਟਫਾਰਮ ਤੇ ਇੱਕ ਵਾਰ ਮਾਰੂ ਨੀਗਾ ਠੀਕ ਹੈ ਨਾ ਸਾਰਾ ਪਲੇਟਫਾਰਮ ਬਾਈ ਹੋਣਾ ਨੇ ਖੁੱਲਦਾ ਕੀਤਾ ਹੁੰਦਾ ਅੱਧੇ ਘੰਟੇ ਦੇ ਵਿੱਚ ਹਾਂ ਹਾਂ ਅੱਧਾ ਘੰਟਾ ਤਾਂ ਵਾਲਾ 10 ਮਿੰਟ ਖੋਲੇ ਹੁੰਦਾ ਪੌੜੀ ਵੀ ਅੱਡ ਖੋਲਦੀ ਆ ਸਪੋਰਟ ਵੀ ਆ ਅੱਡ ਵੀ ਅੱਡ ਖੋਲਦਾ ਆ ਵੀ ਮਗਲਾ ਪੀਸ ਵੀ 3 ਪੀਸ ਖੋਲਦੇ ਆ ਡੋਡੀ ਇਹ ਠੀਕ ਹੈ ਬਸ 3 ਪੀਸ ਦੇ ਵਿੱਚ ਹੀ ਡਿਵਾਈਡ ਆ ਇਹ ਹਾਂ ਠੀਕ ਹੈ ਇੱਥੋਂ ਅੱਡ ਜਾਂ ਇੰਨਾ ਕੰਮ ਕਰਨਾ ਇੰਨਾ ਖੋਲਣਾ ਇੰਨਾ ਵੀ ਖੁੱਲ ਜਾਂਦਾ ਠੀਕ ਹੈ ਜੋੜ ਜੋੜ ਖੋਲਣ 'ਚ ਕੋਈ ਦਿੱਕਤ ਨਹੀਂ ਆਉਂਦੀ ਕਿਸੇ ਵੀ ਟਾਈਪ ਦੀ ਕੋਈ ਦਿੱਕਤ ਨਹੀਂ ਆਉਂਦੀ ਉਸੇ ਵੀ ਠੀਕ ਹੈ ਸੁਧਾਂ ਕੱਢ ਕੇ ਬਣਾਇਆ ਵਾ ਇਹ ਠੀਕ ਹੈ ਹਾਂਜੀ ਤੇ ਲਓ ਜੀ ਇੱਧਰ ਮਾਰੂ ਨੀਗਾ ਅਲਟੀਨੇਟਰ ਵਗੈਰਾ ਇਹ ਨਵਾਂ ਹੀ ਲਾਤਾ ਬਾਈ ਨਹੀਂ ਅਲਟੀਨੇਟਰ ਪਿਆ ਸੀ ਆਪਣੇ ਕੋਲ 120 ਐਂਪੀਅਰ ਦਾ ਇਹ ਠੀਕ ਹੈ ਤੇ ਵੱਡਾ ਲਾਉਣਾ ਪਿਆ ਨਾ ਠੀਕ ਹੈ ਹਾਂਜੀ ਤੇ ਇੱਕ ਨੂਰ ਬਈ ਥੱਲੇ ਆਹ ਦਿਖਾ ਦੇ ਹਨਾ ਸ਼ਾਫਟ ਦਿਖਾ ਦੇ 4-wheel ਵਾਲੀ ਜਮਾ ਐਨ ਬਾਈਆਂ ਨੇ ਦੇਖੋ ਕਵਰ ਕਰਤੀ ਆ ਠੀਕ ਹੈ ਤੇ ਇੱਕ ਜਿਵੇਂ ਨਾ ਕੰਪਨੀ ਫਿੱਟਡ ਆਉਂਦੀ ਹੁੰਦੀ ਹੈ ਨਾ ਸ਼ਾਫਟ ਕੰਪਨੀ ਤੋਂ ਹੀ 4-wheel ਆਉਂਦੇ ਹੁੰਦੇ ਆ ਜਮੀ ਕੋਈ ਫਰਕ ਨਹੀਂ ਦਿਸਦਾ ਬਾਈ ਹਨਾ ਹਾਂਜੀ 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 ਕੋਈ ਫਰਕ ਨਹੀਂ 4-wheel 4-wheel ਦਾ ਮਤਲਬ ਵੀ ਇਹ ਆ ਆਪਣਾ ਕਰਨ ਦਾ ਵੀ ਸਭ ਤੋਂ ਜ਼ਿਆਦਾ ਕੁਆਲਿਟੀ ਦੇਣ ਦਾ ਨਹੀਂ ਤਾਂ ਲੋਕ ਇੱਥੇ ਕਰੀ ਜਾਂਦੇ ਕਹੀ ਜਾਂਦੇ ਮੈਂ ਕਰਤਾ 4-wheel ਮੈਂ ਕਰਤਾ ਕੋਈ ਸਾਡੇ ਵਾਂਗੂ ਚਲਾ ਕੇ ਦਿਖਾਵੇ ਇੰਨੀ ਕੁਆਲਿਟੀ ਕੋਈ ਰੰਗ ਫਿਟਿੰਗ ਦੀ ਕੁਆਲਿਟੀ ਹੋਵੇ ਕੋਈ ਕਿਸੇ ਆ ਜਾਓ ਜਿੱਥੇ ਮਰਜ਼ੀ ਹਾਂ ਤੇ ਇਹ ਗੱਲ ਦੇਖੋ ਬਈ ਹਨਾ ਤੇ ਬਈ ਇੱਕ ਮੈਨੂੰ ਹੋਰ ਗੱਲ ਦੱਸ ਦੋ ਦਾ ਹਿੱਸਾ ਗਾ ਹਾਂਜੀ ਕਿਹੜੀ ਕੰਪਨੀ ਦਾ ਲਾਤਾ ਕਰਾਰੋ ਦਾ ਕਰਾਰੋ ਦਾ ਹਿੱਸਾ ਲਾਤਾ ਹਾਂਜੀ ਕਰਾਰੋ ਠੀਕ ਹੈ
ਲੋ ਜੀ ਹਿੱਸੇ ਵਾਲੇ ਮਸਲੇ 'ਚ ਤਾਂ ਰੌਲੀ ਮੁੱਕ ਗਈ, ਟੌਪ ਦਾ ਹਿੱਸਾ ਲਾਤਾ ਬਾਈ ਹੁਣਾਂ ਨੇ ਸਭ ਤੋਂ ਪਹਿਲਾਂ ਹੁਣ ਕੱਲ ਵੀ ਲੈ ਕੇ ਆਹੋ ਕੱਲ ਆਇਆ ਬਾਈ ਸਾਹਿਬ ਬੈਕਗ੍ਰਾਉਂਡ ਉਹਦਾ। ਅੱਛਾ ਆ ਪਿਆ, ਹਾਂ ਠੀਕ ਹੈ ਲੋ ਜੀ ਇੱਕ ਆ ਪਿਆ ਹਿੱਸਾ, ਠੀਕ ਹੈ ਤੇ ਇੱਕ ਹੋਰ ਫਿਰ ਤਿਆਰ ਹੈ ਬਾਈ 4 ਵੀਲ ਲਈ। ਬਸ ਤਿਆਰ ਹਾਂ, ਦੋ ਲਾਉਣੇ ਹੋਰ। ਠੀਕ ਹੈ ਬਣ ਗਿਆ ਸਮਾਨ ਇਹਦਾ। ਠੀਕ ਹੈ ਆ ਹਿੱਸਾ ਫਿਰ ਕਿਹੜੇ 911 ਦੀ ਕਿਸਮਤ 'ਚ ਆ? ਇਹੋ ਗਾਂ ਵਾਲੇ ਸਭ ਤੋਂ ਪਹਿਲੇ ਉਹ ਮੂਹਰੇ ਖੜਾ ਹਨਾ, 1 ਨੰਬਰ ਵਾਲੇ ਦੇ। ਠੀਕ ਹੈ ਲੋ ਜੀ ਉਹਦੇ 'ਚ ਪਾਣੀ ਆ ਪਹਿਲਾਂ, ਹਾਂ ਉਹਨੂੰ ਬਣਾਉਣਾ ਝੋਟਾ ਹੈ ਨਾ ਬਾਈ। ਹਾਂਜੀ ਹਾਂਜੀ ਠੀਕ ਹੈ। ਤੇ ਲੋ ਜੀ ਇੱਧਰ ਮਰਵਾਦੇ ਨੂਰ ਇੱਕ ਵਾਰ ਨਿਗਾਹ ਥੋੜ੍ਹਾ ਜਿਹਾ ਮੋਡੀਫਿਕੇਸ਼ਨ ਤੇ ਇੱਕ ਵਾਰ ਫੇਰ ਆ ਜਾਈਏ ਆਪਾਂ। ਬਾਈ ਨੇ ਭੂਤ ਵਾਲੀਆਂ ਲਾਈਟਾਂ ਲਾਤੀਆਂ ਬਾਈ, ਠੀਕ ਹੈ ਤੇ ਇਹਦੇ ਵਿੱਚ ਰਿਫਲੈਕਟਰ ਜਗਦੇ ਨੇ। ਤੇ ਹੁਣ ਆਪਾਂ ਇੱਧਰ ਆ ਜਾਈਏ ਬਾਈ, ਇੱਧਰਲੇ ਪਾਸੋਂ ਕੀ ਚੇਂਜਸ ਕਰਤੇ? ਇੱਧਰੋਂ ਤਾਂ ਜਮਾਂ ਜੈਨੂਨ ਹੀ ਆ। ਠੀਕ ਹੈ ਹਾਂ, ਇਹਦਾ ਜਿਵੇਂ ਹੁੰਦਾ 65x ਟੈਪ ਉਹੀ ਟੈਪ ਆ ਸਾਰਾ, ਲੁੱਕ ਦਾ ਕਲੱਚ ਲਾਤਾ ਇੱਧਰ, ਬਾਕੀ ਬੈਟਰੀ ਬੂਟੀ ਬਾਕਸ ਇੱਧਰ ਲਾ ਕੇ ਡਬਲ ਬੈਟਰੀਆਂ ਦੇ, ਡਬਲ ਬੈਟਰੀ ਦੋਵੇਂ ਇੱਕ ਇੱਧਰਲੇ ਪਾਸੇ ਇੱਕ ਇੱਧਰਲੇ ਪਾਸੇ। ਹਾਂ ਹਾਂ ਹਾਂ, ਮਗਰਾੜ ਅਸੀਂ ਆਪ ਬਣਾਉਣੇ ਆ, ਮਗਰਾੜ ਪੱਤੀ ਵਾਲੇ ਮਗਰਾੜ, ਠੀਕ ਬਾਹਰ ਨੂੰ ਕੱਢ ਕੇ ਬਣਾਏ ਹੋਏ ਸਪੈਸ਼ਲ। ਠੀਕ ਹੈ, ਐਂ ਨਹੀਂ ਹੈਗਾ ਵੀ ਫਾਰਮ ਟਰੈਕ ਦੇ ਚੱਕ ਕੇ ਜਾਂ ਕੋਈ ਹੋਰ ਟਰੈਕਟਰ ਦੇ ਜੜ ਤੇ ਨਾਲ, ਸਪੈਸ਼ਲ ਆਪ ਬਣਾਉਣੇ। ਠੀਕ ਹੈ ਆਪ ਬਣਾਉਣੇ ਸਾਰੇ। ਠੀਕ ਹੈ ਉਹ ਦੇ ਉਹ ਮਗਰਾੜ ਬਣੀ ਜਾਂਦੇ ਆ, ਆ ਬਣੀ ਜਾਂਦਾ ਮਗਰਾੜ। ਹਾਂ ਹਾਂ ਹਾਂ, ਮਗਰਾੜ ਬਣੀ ਜਾਂਦੀ। ਠੀਕ ਹੈ ਲੋ ਵੀ ਦੋਸਤੋ, ਇਹ ਦੇਖੋ 911 ਟਰੈਕਟਰ ਦਾ ਮੁੜਗਾੜ ਆ ਇਹ, ਠੀਕ ਹੈ ਤਿਆਰ ਹੋਈ ਜਾਂਦਾ ਇਹ। ਠੀਕ ਹੈ ਤੇ ਇਹ ਦੇਖੋ ਬਈ ਜਮੀ ਕੋਈ ਐਂ ਨਹੀਂ ਹੈਗਾ ਕੋਈ ਫਰਕ ਸ਼ਰਕ ਹਨਾ, ਤੇ ਜਦੋਂ ਇਹ ਕਲਰ ਕੁਲਰ ਹੋ ਕੇ ਜਮਾ ਇਹਦੇ 'ਚ ਹਜੇ ਹੋਰ ਵੀ ਮਿਲ ਲੱਗਦਾ ਬਈ, ਇਹ ਤਾਂ ਡੈਂਟਿੰਗ ਪੈਂਟਿੰਗ ਹੋਣੀ ਹੋ ਮਗਰਾੜ ਦੀ? ਨਹੀਂ ਡੈਂਟਿੰਗ ਤਾਂ ਹਾਂ ਬਸ ਉਹ ਤਾਂ ਹੋਣੀ ਆ, ਉਹ ਪੱਲੇ ਪੱਲੇ ਹੋ ਜਾਂਦੇ ਤਿਆਰ ਬਸ। ਠੀਕ ਹੈ ਕਿੰਨਾ ਵੇਟ ਹੋ ਮਗਰਾੜ 'ਚ ਇਹਦੇ 'ਚ? ਸਾਰੇ ਮਗਰਾੜ 'ਚ ਹੁੰਦਾ 90 ਕਿਲੋ ਦੇ ਨੇੜੇ। ਠੀਕ ਹੈ ਹਾਂਜੀ ਠੀਕ ਹੈ ਲੋ ਵੀ ਆਪ ਬਾਈ ਹੁਣੀ ਹੱਥੀ ਓਰੀਜਨਲ ਬਣਾ ਕੇ 911 ਦੇ ਮੁੜਗਾੜ ਲਾਉਂਦੇ ਨੇ। ਠੀਕ ਹੈ ਐਂ ਨਹੀਂ ਹੈਗਾ ਕਿਤੇ ਕਿਸੇ ਟਰੈਕਟਰ ਦਾ ਚੱਕ ਕੇ ਜੜਤਾ, ਕਿਤੇ ਕਿਸੇ ਟਰੈਕਟਰ ਦਾ ਚੱਕ ਕੇ ਜੜਤਾ, ਤੇ ਉਹ ਕੰਮ ਨਹੀਂ ਬਾਈਆਂ ਕੋਲੇ ਹੈਗਾ। ਤੇ ਆ ਸਾਰੇ ਇੱਧਰ ਮੁੜਗਾੜ ਬਣੀ ਜਾਂਦੇ ਨੇ, ਥੱਲੇ ਨੂਰ ਮਰਵਾ ਦੇ ਨੀਗਾ ਇੱਕ ਵਾਰੀ। ਠੀਕ ਹੈ ਤੇ ਇੱਕ ਟਰੈਕਟਰ ਦੇ ਆਹ ਤਿਆਰ ਹੋਈ ਜਾਂਦੇ ਨੇ, ਤੇ ਇੱਕ ਆਹ ਦੇਖੋ ਅੰਦਰਲੇ ਪਾਸੇ ਵਾਲੀ ਜਿਹੜੀ ਮੁੜਗਾੜ ਦੇ ਅੰਦਰਲੇ ਪਾਸੇ ਵਾਲੀ ਪਲੇਟ ਲੱਗਦੀ ਹੁੰਦੀ ਆ, ਤੇ ਉਹ ਆਹ ਪਈ ਹੈਗੀ। ਠੀਕ ਹੈ ਤੇ ਇਹ ਵੀ ਪੂਰੀ ਹੈਵੀ 'ਚ ਆ ਗਈ ਬਾਈ ਹੈ ਨਾ। ਹਾਂਜੀ ਆਹ ਦੇਖੋ ਐਂ ਛੇਤੀ ਚੱਕੀ ਨਹੀਂ ਜਾਂਦੀ ਹੈਗੀ। ਠੀਕ ਹੈ ਜਿਹੜੀ ਆਹ ਪਲੇਟ ਹੈਗੀ ਨਾ ਜਿਹੜੀ ਲੱਗਦੀ ਹੁੰਦੀ ਅੰਦਰਲੇ ਪਾਸੇ, ਆਹ ਆਹ ਚੀਜ਼ ਇਹ ਆ ਗਈ ਆ। ਠੀਕ ਹੈ ਸਾਰਾ ਕੁਝ ਬਾਈ ਹੋਣੀ ਨਾ ਰੇਤਾ ਲੈਸ ਮਗਰਾੜ ਹੁੰਦੇ ਆਪਣੇ। ਕਿਵੇਂ ਬਾਈ? ਰੇਤਾ ਲੈਸ। ਠੀਕ ਹੈ ਰੇਤਾ ਨਹੀਂ ਖੜਦਾ ਆਪਣੇ ਮਗਰਾੜ 'ਚ। ਠੀਕ ਹੈ ਤੇ ਫਿਰ ਕਿਹੜੀ ਚਾਦਰ ਦੇ ਵਿੱਚ ਤਿਆਰ ਕਰਦੇ ਨੇ ਮਗਰਾੜ? ਚਾਦਰ 14 ਗੇ 'ਚ 14 ਗੇ 'ਚ ਤਿਆਰ ਕੀਤੇ ਹੋਏ ਨੇ ਲੈ ਬਈ। ਟਾਇਰਾਂ ਦੀ ਗੱਲਬਾਤ ਦੱਸ ਦਿਓ ਬਾਈ ਹੁਣ। ਮਗਰ ਲੈਂਦਾ 16-30 ਦੇ ਤੇ ਮੂਹਰਲੇ ਹੈਗੇ 11-24 11-24 ਹਾਂ ਠੀਕ ਹੈ। ਪਕਾਰਾ ਪਕਾਰਾ ਦਾ ਤੁਹਾਨੂੰ ਸੁਣਾ ਦਿੰਦੇ ਹਾਂ। ਪਕਾਰਾ ਸਟਾਰਟ ਕਰਕੇ ਪਕਾਰਾ ਸਿਟੀ ਮਾਰ ਲੈ ਸਿਟੀ ਵਾਲਾ ਪਕਾਰਾ ਸਿਟੀ ਲਾਈ ਗਿਆ ਇਹਨੂੰ ਕਹਿੰਦੇ ਸਿਟੀ ਵਾਲਾ ਪਕਾਰਾ। ਇਹਨੂੰ ਕਹਿੰਦੇ ਸਿਟੀ ਵਾਲਾ ਪਕਾਰਾ ਹੈ ਨਾ ਬਾਈ। ਤੇ ਲੋ ਬਈ ਉੱਪਰ ਬਹਿ ਕੇ ਦੱਸੀ ਆਪਾਂ 2-4 ਗੱਲਾਂ ਬਾਤਾਂ। ਹਾਂ ਕਰ ਲਾ। ਠੀਕ ਹੈ ਲਓ ਜੀ ਆ ਜਾਓ ਘਰ ਉੱਪਰ। ਤੇ ਪਹਿਲਾਂ ਤਾਂ ਸੀਟ ਬਾਈ ਨੇ ਬੜੀ ਘੈਂਟ ਲਾਈ ਆ, ਦੇਖੋ ਜੰਪ ਦਿੰਦੀ ਆ ਭਰਾਵੋ ਪੂਰੇ ਹੈ, ਐਡਜਸਟੇਬਲ ਸੀਟ ਲਾਤੀ ਆ ਅੱਗੇ ਪਿੱਛੇ, ਹਾਂ ਜਿਵੇਂ ਮਰਜ਼ੀ ਆਪਾਂ ਕਰ ਸਕਦੇ ਹਾਂ। ਬਹਿ ਕੇ ਮਾਰ ਲਓ ਨੀਗੇ ਇੱਕ ਵਾਰ ਟਰੈਕਟਰ ਦੇ, ਦੇਖ ਲਓ ਵੀ ਚਾਰੇ ਪਾਸੇ ਤੋਂ। ਠੀਕ ਹੈ ਤੇ ਇੱਧਰ ਜਿਹੜੀ ਹੁੱਡ ਬਾਈ ਨੇ ਮੋਡੀਫਿਕੇਸ਼ਨ ਕਰਤੀ ਰੂਪ ਐਗਰੋ ਭਾਈ ਰੂਪਾ, ਤੇ ਇੱਧਰ ਮਿਊਜ਼ਿਕ ਸਿਸਟਮ ਲਾਤਾ ਬਾਈ ਨੇ। ਕਿੰਨੇ ਕਿੰਨੇ ਇੰਚੀ ਲਾਤੇ ਬਾਈ? ਦੋ ਹੀ ਲਾਏ ਬਾਈ। ਠੀਕ ਹੈ ਬਾਲੀ ਵੀ ਸਿਰ ਦੋਹਾਂ ਲਾਉਂਦੇ ਬੇਸ। ਲਓ ਜੀ ਇੱਧਰ ਓਰੀਜਨਲ ਹੀ ਰੱਖਤੇ ਦਾ ਕਲਸਟਰ ਮੀਟਰ। ਠੀਕ ਹੈ ਤੇ ਇੱਧਰ ਬਾਈ ਫਿਰ ਮਾਈਕ ਲਾਤਾ ਇੱਕ? ਹਾਂ ਮੈਂ ਕਹ ਠੀਕ ਹੈ
ਰਿਪੋਰਟ ਹੋਈ ਪਈ ਹੈਗੀ ਜਮਾਂ, ਠੀਕ ਹੈ। ਅਤੇ ਇੱਧਰ 4x4 ਵਾਲਾ ਲੀਵਰ ਆ ਗਿਆ ਜੀ, ਠੀਕ ਹੈ। ਅਤੇ ਇੱਧਰ ਆਮ ਹੀ ਆਪਣੇ ਜਿਹੜੇ ਸਿੰਪਲ ਹੁੰਦੇ ਹੈਗੇ ਲਿਫਟ ਉੱਪਰ ਨੀਚੇ ਵਾਲੇ, ਅਤੇ ਇੱਧਰ ਇਹ ਲੀਵਰ ਆ ਗਿਆ, ਠੀਕ ਹੈ। ਅਤੇ ਇੱਧਰ ਬਾਈ ਫਿਰ ਤੁਸੀਂ ਟੈਂਕੀ ਬਣਾਉਣ 'ਚ ਬਾਈ ਮਸ਼ਹੂਰ ਹੋ, ਹੈ ਨਾ? ਹਾਂ, ਟੈਂਕੀ ਤਾਂ ਆਪਣੀ ਪਹਿਲੇ ਦਿਨੋਂ ਹੀ ਜਮਾਂ ਉਹ ਕੁਆਲਿਟੀ ਹੈ ਨਾ ਆਪਣੀ ਟੈਂਕੀ ਦੀ। ਪਹਿਲੇ ਦਿਨ ਤੋਂ ਪਹਿਲਾਂ ਡੈਡੀ ਹੋਰੇ ਬਣਾਉਂਦੇ ਹੁੰਦੇ ਸੀ ਟੈਂਕੀਆਂ, ਫਿਰ ਅਸੀਂ ਤਾਂ ਬਣਾਉਣੀਆਂ ਤਾਂ ਮਗਰਾੜ ਮਰੂੜ ਬਣਾਉਣ ਲੱਗ ਗਏ, ਫਿਰ ਛੋ ਛਾ ਚੱਕਦੀ ਕਰਨ ਲੱਗ ਗਏ, ਪਲੇਟਫਾਰਮ ਬਣਾਉਣ ਲੱਗ ਗਏ, ਬਹੁਤ ਖਰਚਾ ਕਰਨ ਲੱਗ ਗਿਆ ਹੁੰਦਾ ਜੀ। ਠੀਕ ਹੈ। ਅਤੇ ਬਾਈ ਫਿਰ ਟੈਂਕੀ ਵੀ ਤੁਸੀਂ ਇਹਦੇ ਨਵੀਂ ਲਾਈ ਹੈ ਜਾਂ ਪਹਿਲਾਂ? ਟੈਂਕੀ ਨਵੀਂ, ਟੈਂਕੀ ਤਾਂ ਅਸੀਂ ਹਰੇਕ ਜੋ ਟਰੈਕਟਰ ਤਿਆਰ ਕਰਨਾ ਉਹ ਟੈਂਕੀ ਨਵੀਂ ਲਾਉਂਦੇ ਹਾਂ। ਠੀਕ ਹੈ। ਟੈਂਕੀ ਤਾਂ ਪੁਰਾਣੀ ਰੱਖਦੇ ਹਾਂ ਜੀ, ਉਦੋਂ ਕੰਮ ਹੀ ਸਾਡਾ ਇਹ ਆ, ਸਪੈਸ਼ਲ ਟੈਂਕੀਆਂ ਤੋਂ ਸਟਾਰਟ ਹੁੰਦਾ ਸਾਡਾ ਕੰਮ। ਠੀਕ ਹੈ। ਉੱਪਰ ਤਾਂ ਨਹੀਂ ਕੁਛ ਦੱਸਣ ਵਾਲਾ ਰਿਹਾ, ਠੀਕ ਹੈ। ਥੱਲੇ ਚੱਲਦੇ ਹਾਂ ਆਪਾਂ, ਇੱਕ ਵਾਰ ਟਰੈਕਟਰ ਤੁਹਾਨੂੰ ਦੂਰੋਂ ਦਿਖਾਉਣੀ ਹੈ, ਠੀਕ ਹੈ। ਇੱਧਰਲੀ ਸਾਈਡ ਤੋਂ ਦੇਖ ਲਓ ਵੀ ਟਰੈਕਟਰ, ਠੀਕ। ਅਤੇ ਅੱਗੇ ਤੋਂ ਦੇਖ ਲਓ, HMT 6911 ਰੂਪ ਐਗਰੋ ਭਾਈ ਰੂਪਾ, ਠੀਕ। ਮੈਨੂੰ ਨਹੀਂ ਲੱਗਦਾ ਕੁਛ ਵੀ ਦੱਸਣ ਵਾਲਾ ਰਹਿ ਗਿਆ, ਠੀਕ ਹੈ ਜੀ। ਮੋਟੀਆਂ ਮੋਟੀਆਂ ਗੱਲਾਂ, ਮੇਨ ਮੇਨ ਗੱਲਾਂ ਤੁਹਾਨੂੰ ਮੈਂ ਦੱਸਤੀਆਂ, ਬਾਕੀ ਇਹਦਾ ਪਹਿਲਾਂ ਬਲੌਗ ਆਪਾਂ ਪਾਈ ਚੁੱਕੇ ਹਾਂ, ਅਤੇ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਪਿਆ ਭਰਾਵੋ, ਜਿਹਨੇ ਨਹੀਂ ਪਹਿਲਾਂ ਬਲੌਗ ਦੇਖਿਆ ਸੀਗਾ। ਚਲੋ ਮਿਲੀਏ ਬਾਈ ਫਿਰ ਆਪਾਂ ਹੋਰ ਬਲੌਗ 'ਚ। ਹਾਂਜੀ ਹਾਂਜੀ, ਠੀਕ ਹੈ ਬਾਈ, ਓਕੇ ਬਾਈ, ਸਤਿ ਸ਼੍ਰੀ ਅਕਾਲ ਬਾਈ। ਓਕੇ, ਸਤਿ ਸ਼੍ਰੀ ਅਕਾਲ।